ਸਤਿ ਸ਼੍ਰੀ ਅਕਾਲ ਗਿੱਲ ਸਮਾਰਟ ਸਟੱਡੀ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਮੇਰਾ ਨਾਮ ਲਖਵਿੰਦਰ। ਅੱਜ ਆਪਾਂ ਪਲੱਸ 2 ਦਾ ਪਹਿਲਾ ਚੈਪਟਰ ਰਿਲੇਸ਼ਨ ਐਂਡ ਫੰਕਸ਼ਨ, ਜਿਸ ਦਾ ਕਿ ਟੌਪਿਕ ਹੈ ਡੋਮੇਨ ਐਂਡ ਰੇਂਜ, ਇਹਦੇ ਬਾਰੇ ਡਿਸਕਸ ਕਰਾਂਗੇ। ਡੋਮੇਨ ਐਂਡ ਰੇਂਜ ਡਿਫਾਈਨ ਕਰਨ ਲਈ ਆਪਾਂ ਇੱਕ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਜੀ। ਆਪਣੇ ਕੋਲ ਇੱਕ ਏ ਸੈੱਟ ਹੈ ਜੀ, ਜਿਸ ਦੇ ਵਿੱਚ ਦੋ ਐਲੀਮੈਂਟ ਨੇ 1, 3, ਠੀਕ ਹੈ ਜੀ। ਇੱਕ ਆਪਾਂ ਬੀ ਸੈੱਟ ਲੈ ਕੇ ਚੱਲਦੇ ਹਾਂ, ਐਂਡ ਬੀ ਸੈੱਟ। ਬੀ ਸੈੱਟ ਦੇ ਵਿੱਚ ਐਲੀਮੈਂਟ ਕੀ ਨੇ ਜੀ? 2, 4, 6, ਠੀਕ ਹੈ ਜੀ। ਆਪਣੇ ਕੋਲ ਬੀ ਦੇ ਵਿੱਚ 3 ਐਲੀਮੈਂਟ ਨੇ, ਏ ਦੇ ਵਿੱਚ 2 ਐਲੀਮੈਂਟ ਨੇ, ਤਾਂ ਆਪਾਂ ਇੱਕ ਰਿਲੇਸ਼ਨ ਡਿਫਾਈਨ ਕਰ ਲੈਂਦੇ ਹਾਂ। ਰਿਲੇਸ਼ਨ ਆਰ, ਆਰ ਆਪਣੇ ਕੋਲ ਕੀ ਹੈ? ਰਿਲੇਸ਼ਨ। ਰਿਲੇਸ਼ਨ ਦੇ ਵਿੱਚ ਐਲੀਮੈਂਟ ਕਿੱਦਾਂ ਦੇ ਹੁੰਦੇ ਨੇ ਜੀ? ਆਪਣੇ ਕੋਲ ਆਰਡਰ ਪੇਅਰ ਏ ਕੌਮਾ ਬੀ, ਆਪਣੇ ਕੋਲ 2 ਐਲੀਮੈਂਟ ਨੇ ਆਰਡਰ ਪੇਅਰ ਵਿੱਚ ਏ ਕੌਮਾ ਬੀ, ਸੱਚ ਦੈਟ ਏ ਬਿਲੋਂਗ ਕਰਦਾ ਹੈ ਏ ਨੂੰ, ਬੀ ਬਿਲੋਂਗ ਕਰਦਾ ਹੈਗਾ ਕੈਪੀਟਲ ਬੀ ਨੂੰ। ਰਿਲੇਸ਼ਨ ਕੀ ਹੈ? ਐਂਡ ਏ ਡਿਵਾਈਡ ਏ ਡਿਵਾਈਡਸ ਬੀ, ਆਪਣੇ ਕੋਲ ਰਿਲੇਸ਼ਨ ਕੀ ਹੈਗਾ? ਏ ਡਿਵਾਈਡਸ ਬੀ। ਤਾਂ ਆਪਾਂ ਦੇਖਾਂਗੇ ਵੀ ਏ ਸੈੱਟ ਦਾ ਜਿਹੜਾ ਐਲੀਮੈਂਟ ਹੈ ਉਹ ਬੀ ਸੈੱਟ ਦੇ ਐਲੀਮੈਂਟ ਕਿਹੜੇ ਕਿਹੜੇ ਐਲੀਮੈਂਟਾਂ ਨੂੰ ਡਿਵਾਈਡ ਕਰਦਾ ਹੈਗਾ। ਤਾਂ ਆਪਣੇ ਕੋਲ ਰਿਲੇਸ਼ਨ ਆ ਜੂਗਾ ਜੀ, ਆਪਣੇ ਕੋਲ ਪਤਾ ਆਪਾਂ ਨੂੰ 1 ਹੈ ਜਿਹੜਾ 1 ਸਾਰੇ ਐਲੀਮੈਂਟ ਨੂੰ ਡਿਵਾਈਡ ਕਰ ਦਿੰਦਾ ਹੈਗਾ, 2 ਨੂੰ ਵੀ ਡਿਵਾਈਡ ਕਰੂਗਾ, 4 ਨੂੰ ਵੀ, 6 ਨੂੰ ਵੀ। ਤਾਂ ਆਪਣੇ ਕੋਲ ਜਿਹੜਾ 1 ਹੈਗਾ ਉਹ 2 ਨੂੰ ਵੀ ਡਿਵਾਈਡ ਕਰਦਾ ਜੀ, ਕੌਮਾ 1 ਡਿਵਾਈਡ ਕਰਦਾ 4 ਨੂੰ ਵੀ, ਅਤੇ 1 ਹੈ ਜਿਹੜਾ 6 ਨੂੰ ਵੀ ਡਿਵਾਈਡ ਕਰਦਾ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਗੱਲ ਆ ਜਾਂਦੀ ਆਪਣੇ ਕੋਲ 3 ਦੀ, 3 ਹੈ ਜਿਹੜਾ 2 ਨੂੰ ਨਹੀਂ ਡਿਵਾਈਡ ਕਰਦਾ, 4 ਨੂੰ ਵੀ ਨਹੀਂ ਡਿਵਾਈਡ ਕਰਦਾ ਇਹ, ਅਤੇ 6 ਨੂੰ ਡਿਵਾਈਡ ਕਰਦਾ। ਤਾਂ ਇਹਦਾ ਮਤਲਬ 3 ਹੈਗਾ ਉਹ ਇਕੱਲਾ ਕਿਹਦੇ ਨਾਲ? 6 ਨਾਲ ਪੇਅਰ ਬਣਾਊਗਾ ਵੀ, ਠੀਕ ਹੈ ਜੀ। ਇਹ ਕਿਉਂਕਿ 3 ਹੈ ਜਿਹੜਾ ਉਹ ਇਹਨਾਂ ਦੇ ਵਿੱਚੋਂ ਇਕੱਲਾ 6 ਨੂੰ ਹੀ ਡਿਵਾਈਡ ਕਰਦਾ ਹੈਗਾ। ਤਾਂ ਆਪਣੇ ਕੋਲ ਜਿਹੜਾ ਇਹ ਰਿਲੇਸ਼ਨ ਹੈ ਜਿਹੜਾ ਉਹਦੇ ਐਲੀਮੈਂਟਸ ਆ ਗਏ ਆਪਣੇ ਕੋਲ। ਤਾਂ ਆਪਾਂ ਹੁਣ ਗੱਲ ਕਰਦੇ ਹਾਂ ਡੋਮੇਨ, ਠੀਕ ਹੈ ਜੀ। ਡੋਮੇਨ ਆਫ ਰਿਲੇਸ਼ਨ ਆਰ, ਤਾਂ ਆਪਣੇ ਕੋਲ ਕੀ ਹੈ ਜਿਹੜੀ ਡੋਮੇਨ ਹੈਗੀ ਉਹ ਕੀ ਹੁੰਦੀ ਹੈ? ਆਪਣੇ ਕੋਲ ਫਸਟ ਐਲੀਮੈਂਟ ਨੇ ਜਿਹੜੇ ਏ ਸੈੱਟ ਦੇ, ਜਿਹੜੇ ਆਪਾਂ ਕੀ ਹੈਗਾ ਪੁੱਟ ਕਰਦੇ ਹਾਂਗੇ, ਉਹ ਬੀ ਨੂੰ ਡਿਵਾਈਡ ਕਰਦੇ ਨੇ। ਤਾਂ ਇਹਦੇ ਵਿੱਚ ਆਪਣੇ ਕੋਲ ਏ ਦੇ ਜਿਹੜੇ ਸਾਰੇ ਐਲੀਮੈਂਟ ਆ ਜਾਣਗੇ। ਤਾਂ ਇਹਦੇ ਵਿੱਚ ਕੀ ਆਪਣੇ ਕੋਲ ਕੀ ਆ? ਇਕੁਅਲ ਟੂ ਕਾਹਦੇ ਹੋਊਗਾ? ਐਲੀਮੈਂਟ ਆਫ ਏ, ਜਾਂ ਆਪਾਂ ਇੱਦਾਂ ਵੀ ਕਹਿ ਸਕਦੇ ਹਾਂ ਕਿ ਜਿਹੜਾ ਰਿਲੇਸ਼ਨ ਬਣਿਆ ਆਪਣੇ ਕੋਲ, ਰਿਲੇਸ਼ਨ ਦਾ ਜਿਹੜਾ ਫਸਟ ਐਲੀਮੈਂਟ ਹੁੰਦਾ ਹੈਗਾ, ਜਿਵੇਂ ਫਸਟ ਐਲੀਮੈਂਟ ਇਹਦਾ ਏ ਹੈ, ਜਿੰਨੇ ਵੀ ਐਲੀਮੈਂਟ ਏ ਦੇ ਥਾਂ 'ਤੇ ਆਉਣਗੇ, ਜਿਵੇਂ ਆਪਣੇ ਕੋਲ ਇੱਥੇ 1 ਆਇਆ ਜਾਂ 3 ਆਇਆ, ਤਾਂ ਇਹ ਆਪਣੀ ਕੀ ਆਜੂਗੀ? ਡੋਮੇਨ, ਠੀਕ ਹੈ ਜੀ। ਤਾਂ ਆਪਣੇ ਕੋਲ ਕੀ ਆਜੂ ਇੱਥੇ ਜਿਹੜਾ 1 ਹੈਗਾ, ਉਸ ਤੋਂ ਬਾਅਦ ਕੀ ਆਪਣੇ ਕੋਲ? 3, ਠੀਕ ਹੈ ਜੀ। ਤਾਂ ਆਪਣੇ ਕੋਲ ਕੀ ਹੈ? ਇਹ ਡੋਮੇਨ ਆ ਗਈ, ਜਿਹੜੇ ਐਲੀਮੈਂਟ ਆਪਾਂ ਪੁੱਟ ਕੀਤੇ ਸੀਗੇ ਅੱਗੇ ਜਾ ਕੇ ਇਹ ਬੀ ਨੂੰ ਡਿਵਾਈਡ ਕਰਦੇ ਨੇ। ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦੀ ਜੀ ਰੇਂਜ, ਰੇਂਜ ਆਫ ਆਰ। ਤਾਂ ਰੇਂਜ ਦੇ ਵਿੱਚ ਐਲੀਮੈਂਟ ਕਿਹੜੇ ਆਉਣਗੇ? ਜਿਨ੍ਹਾਂ ਨੂੰ ਏ ਦੇ ਐਲੀਮੈਂਟ ਡਿਵਾਈਡ ਕਰਦੇ ਨੇ। ਤਾਂ ਆਪਣੇ ਕੋਲ ਕੀ ਆਇਆ ਦੇਖਣ ਨੂੰ ਆਪਾਂ ਨੂੰ ਮਿਲਿਆਗਾ ਵੀ ਜਿਹੜਾ 1 ਹੈਗਾ ਉਹ 2 ਨੂੰ ਡਿਵਾਈਡ ਕਰਦਾ ਹੈਗਾ, 4 ਨੂੰ ਕਰਦਾ, 6 ਨੂੰ ਕਰਦਾ, 3 ਇਕੱਲਾ 6 ਨੂੰ ਕਰਦਾ। ਤਾਂ ਆਪਣੇ ਕੋਲ ਬੀ ਦੇ ਸਾਰੇ ਐਲੀਮੈਂਟ ਆ ਗਏ, ਜਿਵੇਂ ਆਪਣੇ ਕੋਲ ਇੱਥੇ 2 ਵੀ ਆ ਗਿਆ, ਤਾਂ ਆਪਾਂ ਕੀ ਆ ਰੇਂਜ ਦੇ ਵਿੱਚ 2 ਐਲੀਮੈਂਟ ਵੀ ਲਿਖ ਦਾਂਗੇ ਜੀ। ਉਸ ਤੋਂ ਬਾਅਦ ਆਪਣੇ ਕੋਲ ਕੀ ਹੈ? ਸੈਕਿੰਡ ਐਲੀਮੈਂਟ 4 ਵੀ ਆ ਗਿਆ, ਉਸ ਤੋਂ ਬਾਅਦ ਕੀ ਹੈਗਾ ਜਿਹੜਾ 6 ਵੀ ਆ ਗਿਆ। ਹੁਣ ਆਪਣੇ ਕੋਲ ਇੱਥੇ 6 ਦੁਬਾਰੇ ਆ ਰਹੇਗਾ, ਤਾਂ ਆਪਾਂ ਉਹਨੂੰ ਦੁਬਾਰੇ ਨਹੀਂ ਲਿਖਾਂਗੇ, ਕਿਉਂਕਿ ਆਪਣੇ ਕੋਲ ਸੈੱਟ ਦੇ ਵਿੱਚ ਕੀ ਹੈ? ਡਿਸਟਿੰਕਟ ਐਲੀਮੈਂਟ ਹੁੰਦੇ ਨੇਗੇ, ਠੀਕ ਹੈ ਜੀ। ਤਾਂ ਆਪਣੇ ਕੋਲ ਕੀ ਹੈ? ਰੇਂਜ ਦੇ ਵਿੱਚ ਐਲੀਮੈਂਟ ਆ ਗਏ 2, 4, 6, ਠੀਕ ਹੈ ਜੀ। ਤਾਂ ਆਪਾਂ ਨੂੰ ਇੱਥੋਂ ਇੱਕ ਚੀਜ਼ ਇਹ ਪਤਾ ਲੱਗਦੀ, ਜਿਹੜੀ ਡੋਮੇਨ ਹੈ, ਜਿਹੜੀ ਡੋਮੇਨ ਆਫ ਆਰ ਹੈ ਜਿਹੜੀ, ਉਹ ਕੀ ਹੁੰਦਾ ਆਪਣੇ ਕੋਲ ਜੀ? ਸਬਸੈੱਟ ਹੁੰਦਾ ਹੈਗਾ ਆਰਡਰ ਪੇਅਰ, ਜਿਹੜੇ ਐਲੀਮੈਂਟਸ ਜਿਹੜੇ ਆਰਡਰ ਪੇਅਰ ਦੇ ਵਿੱਚ, ਉਹਨਾਂ ਦੇ ਵਿੱਚ ਜਿਹੜਾ ਫਸਟ ਸੈੱਟ ਹੁੰਦਾ ਹੈਗਾ ਏ ਦਾ। ਐਂਡ ਰੇਂਜ ਹੈ ਜਿਹੜੀ ਰੇਂਜ ਆਫ ਆਰ ਆਪਣੇ ਕੋਲ, ਉਹ ਸਬਸੈੱਟ ਕਿਹਦਾ ਹੁੰਦਾ ਹੈਗਾ ਜੀ? ਬੀ ਦਾ।
ਇੱਥੇ ਆਪਾਂ ਕੀ ਹੈਗਾ ਇਕੁਅਲ ਵੀ ਲਿਖਿਆਗਾ ਇਹ ਸਮ ਟਾਈਮ ਹੈ ਜਿਹੜਾ ਇਕੁਅਲ ਵੀ ਹੋ ਸਕਦਾ ਹੈਗਾ ਅਤੇ ਸਬਸੈਟਿਵ ਤਾਂ ਹੋਣਾ ਹੀ ਹੋਣਾ ਹੈਗਾ ਠੀਕ ਹੈ ਜੀ ਜਿਹੜਾ ਡੋਮੇਨ ਹੈ ਐਂਡ ਰੇਂਜ ਹੈ ਇਹ ਦੋਨੇ ਸਬਸੈਟ ਹੁੰਦੇ ਨੇਗੇ ਡੋਮੇਨ ਹੈ ਜਿਹੜਾ ਉਹ ਫਸਟ ਐਲੀਮੈਂਟ ਹੁੰਦੇ ਨੇ ਜਿਹੜੇ ਆਰਡਰ ਪੇਅਰ ਦੇ ਅਤੇ ਜਿਹੜੀ ਰੇਂਜ ਆ ਉਹ ਸੈਕਿੰਡ ਐਲੀਮੈਂਟ ਹੁੰਦੇ ਇਹਨਾਂ ਦੇ ਵਿੱਚ ਜਿੰਨੇ ਵੀ ਆਪਣੇ ਕੋਲ ਫਸਟ ਐਲੀਮੈਂਟ ਸੀਗੇ ਉਹ ਆਪਣੀ ਡੋਮੇਨ ਸੀ ਐਂਡ ਸੈਕਿੰਡ ਐਲੀਮੈਂਟ ਜਿਹੜਾ ਹੁੰਦਾ ਹੈਗਾ ਉਹ ਰੇਂਜ ਹੁੰਦਾ ਆਪਾਂ ਹੁਣ ਡੋਮੇਨ ਐਂਡ ਰੇਂਜ ਆਫ ਰਿਲੇਸ਼ਨ ਹੈ ਜਿਹੜਾ ਉਹਦੀ ਇੱਕ ਹੋਰ ਐਗਜ਼ਾਮਪਲ ਜਿਹੜੀ ਲੈ ਕੇ ਇਹਨੂੰ ਸਮਝਾਂਗੇ ਆਪਣੇ ਕੋਲ ਕੀ ਹੈ ਜੀ ਏ ਹੈ ਜਿਹੜਾ ਉਹਦੇ 'ਚ ਕੀ ਹੈ ਇੱਕ ਅਤੇ ਤਿੰਨ ਦੋ ਹੀ ਐਲੀਮੈਂਟ ਹੈਗੇ ਨੇ ਬੀ ਦੇ ਵਿੱਚ ਕੀ ਹੈਗਾ ਦੋ ਅਤੇ ਚਾਰ ਜਿਹੜੇ ਦੋ ਐਲੀਮੈਂਟ ਹੈਗੇ ਆ ਤਾਂ ਰਿਲੇਸ਼ਨ ਕੀ ਦਿੱਤਾ ਹੈਗਾ ਆਪਣੇ ਕੋਲ ਆਰਡਰ ਪੇਅਰ ਏ ਕੌਮਾ ਬੀ ਏ ਹੈ ਜਿਹੜਾ ਏ ਦੇ ਵਿੱਚ ਹੋਊਗਾ ਬੀ ਹੈ ਜਿਹੜਾ ਬੀ ਦੇ ਵਿੱਚ ਹੋਊਗਾ ਅਤੇ ਰਿਲੇਸ਼ਨ ਕੀ ਦਿੱਤਾ ਹੋਇਆ ਆਪਾਂ ਨੂੰ ਏ ਡਿਵਾਈਡ ਬੀ ਠੀਕ ਹੈ ਜੀ ਏ ਜਿਹੜਾ ਬੀ ਨੂੰ ਡਿਵਾਈਡ ਕਰ ਦਿਓ ਪਹਿਲਾਂ ਆਪਾਂ ਇਹਦੇ ਸਾਰੇ ਆਰਡਰ ਪੇਅਰ ਲਿਖ ਲਾਂਗੇ ਜਿਹੜੇ ਕਿ ਕਾਰਟੀਜ਼ਨ ਪ੍ਰੋਡਕਟ ਦੇ ਵਿੱਚ ਹੁੰਦੇ ਨੇ ਠੀਕ ਹੈ ਜੀ ਤਾਂ ਆਪਾਂ ਕੀ ਕਰਾਂਗੇ ਇੱਕ ਦੀ ਜਿਹੜੀ ਮਲਟੀਪਲਾਈ ਉਹ ਸਾਰਿਆਂ ਦੇ ਨਾਲ ਹੋ ਗਈ ਇਹਦੇ ਐਲੀਮੈਂਟਾਂ ਨਾਲ ਇੱਕ ਦੇ ਨਾਲ ਦੋ ਇੱਕ ਦੇ ਨਾਲ ਚਾਰ ਉਸ ਤੋਂ ਬਾਅਦ ਤਿੰਨ ਦੇ ਨਾਲ ਦੋ ਅਤੇ ਤਿੰਨ ਦੇ ਨਾਲ ਚਾਰ ਆਪਾਂ ਕੀ ਹੈ ਜੀ ਸਾਰੇ ਆਰਡਰ ਪੇਅਰ ਸੀ ਜਿਹੜੇ ਉਹ ਕਾਰਟੀਜ਼ਨ ਪ੍ਰੋਡਕਟ ਦੇ ਵਿੱਚ ਜਿਹੜੇ ਲਿਖ ਲਏ ਪਰ ਆਪਾਂ ਨੇ ਕਿਹੜੇ ਰਿਲੇਸ਼ਨ ਦੇ ਵਿੱਚ ਕਿਹੜੇ ਲੈਣੇ ਨੇ ਜਿਨ੍ਹਾਂ ਦੇ ਵਿੱਚ ਏ ਆ ਜਿਹੜਾ ਉਹ ਬੀ ਨੂੰ ਡਿਵਾਈਡ ਕਰਦਾ ਹੋਊ ਜਿਵੇਂ ਕਿ ਆਪਣੇ ਕੋਲ ਵਨ ਹੈ ਜਿਹੜਾ ਉਹ ਟੂ ਨੂੰ ਡਿਵਾਈਡ ਕਰਦਾ ਹੈਗਾ ਕੇ ਲੈ ਲਾਂਗੇ ਆਪਾਂ ਵਨ ਹੈ ਜਿਹੜਾ ਉਹ ਫੋਰ ਨੂੰ ਵੀ ਡਿਵਾਈਡ ਕਰਦਾ ਹੈਗਾ ਉਸ ਤੋਂ ਬਾਅਦ ਜਿਹੜਾ ਆਪਣੇ ਕੋਲ ਤਿੰਨ ਹੈ ਜਿਹੜਾ ਤਿੰਨ ਦੋ ਨੂੰ ਡਿਵਾਈਡ ਨਹੀਂ ਕਰਦਾ ਇਹ ਨਹੀਂ ਲਵਾਂਗੇ ਆਪਾਂ ਉਸ ਤੋਂ ਬਾਅਦ ਤਿੰਨ ਜਿਹੜਾ ਚਾਰ ਨੂੰ ਵੀ ਨਹੀਂ ਡਿਵਾਈਡ ਕਰਦਾ ਇਹਨੂੰ ਵੀ ਨਹੀਂ ਕਹਿੰਦੇ ਤਾਂ ਰਿਲੇਸ਼ਨ ਦੇ ਵਿੱਚ ਸਿਰਫ ਆਪਣੇ ਕੋਲ ਦੋ ਐਲੀਮੈਂਟ ਆਏ ਨੇ ਤਾਂ ਰਿਲੇਸ਼ਨ ਦੇ ਵਿੱਚ ਕਿਹੜੇ ਐਲੀਮੈਂਟ ਆ ਗਏ ਜੀ ਆਪਣੇ ਕੋਲ ਇੱਕ ਕੌਮਾ ਦੋ ਇੱਕ ਕੌਮਾ ਚਾਰ ਤਾਂ ਦੋ ਐਲੀਮੈਂਟ ਆ ਗਏ ਜੀ ਰਿਲੇਸ਼ਨ ਦੇ ਵਿੱਚ ਆਪਣੇ ਕੋਲ ਤਾਂ ਆਪਣੇ ਕੋਲ ਕੀ ਹੈਗਾ ਡੋਮੇਨ ਹੁੰਦੀ ਹੈ ਜਿਹੜੀ ਡੋਮੇਨ ਆਫ ਆਰ ਡੋਮੇਨ ਆਫ ਆਰ ਮਤਲਬ ਜਿਹੜਾ ਆਪਣੇ ਕੋਲ ਰਿਲੇਸ਼ਨ ਦੀ ਡੋਮੇਨ ਹੋਊਗੀ ਉਹ ਕੀ ਹੁੰਦੇ ਨੇ ਫਸਟ ਐਲੀਮੈਂਟ ਜੇ ਵਨ ਵਨ ਤਾਂ ਵਨ ਵਨ ਦੋ ਵਾਰ ਆ ਗਿਆ ਆਪਾਂ ਇਹਨਾਂ ਨੂੰ ਨਹੀਂ ਲਿਖਣਾ ਦੋ ਵਾਰ ਸਿਰਫ ਇੱਕ ਵਾਰ ਲਿਖਣਾ ਹੈਗਾ ਕਿਉਂਕਿ ਸੈੱਟ ਦੇ ਵਿੱਚ ਅਲੱਗ ਐਲੀਮੈਂਟ ਲਿਖੇ ਜਾਂਦੇ ਨੇਗੇ ਸੇਮ ਐਲੀਮੈਂਟ ਇੱਕ ਵਾਰ ਲਿਖੇ ਜਾਂਦੇ ਨੇ ਠੀਕ ਹੈ ਜੀ ਤਾਂ ਆਪਣੇ ਕੋਲ ਇੱਥੇ ਕੀ ਹੈਗਾ ਇੱਕ ਹੈ ਜਿਹੜਾ ਉਹ ਸਬਸੈਟ ਹੈਗਾ ਏ ਦਾ ਇਸ ਸਵਾਲ ਦੇ ਵਿੱਚ ਕੀ ਹੈਗਾ ਆਪਣੇ ਕੋਲ ਜਿਹੜਾ ਇੱਕ ਹੈ ਉਹ ਸਬਸੈਟ ਹੈ ਏ ਦਾ ਪਿਛਲੇ ਸਵਾਲ ਦੇ ਵਿੱਚ ਕੀ ਸੀ ਆਪਣੇ ਕੋਲ ਜਿਹੜੀ ਡੋਮੇਨ ਆਫ ਆਰ ਸੀਗੀ ਉਹ ਜਿਹੜੀ ਏ ਸੈੱਟ ਦੇ ਇਕੁਅਲ ਵੀ ਸੀਗੀ ਉਸ ਤੋਂ ਬਾਅਦ ਆਪਣੇ ਕੋਲ ਆ ਗਈ ਰੇਂਜ ਰੇਂਜ ਆਫ ਰਿਲੇਸ਼ਨ ਆਰ ਤਾਂ ਰੇਂਜ ਦੇ ਵਿੱਚ ਕਿਹੜੇ ਸੈਕਿੰਡ ਐਲੀਮੈਂਟ ਜਿਹੜੇ ਹੁੰਦੇ ਨੇਗੇ ਆਰਡਰ ਪੇਅਰ ਦੇ ਜਿਹੜੇ ਸੈਕਿੰਡ ਐਲੀਮੈਂਟ ਹੁੰਦੇ ਨੇ ਉਹ ਆਪਣੇ ਰੇਂਜ ਵਿੱਚ ਹੁੰਦੇ ਨੇਗੇ ਜਿਵੇਂ ਦੋ ਅਤੇ ਚਾਰ ਦੋ ਕੌਮਾ ਚਾਰ ਇਹ ਆਪਣੇ ਰੇਂਜ ਦੇ ਵਿੱਚ ਐਲੀਮੈਂਟ ਆ ਗਏ ਤਾਂ ਇਹ ਰੇਂਜ ਦੇ ਐਲੀਮੈਂਟ ਨੇ ਜਿਹੜੇ ਆਪਣੇ ਕੋਲ ਬੀ ਸੈੱਟ ਦੇ ਇਕੁਅਲ ਨੇਗੇ ਤਾਂ ਰੇਂਜ ਹੈ ਜਿਹੜੀ ਬੀ ਸੈੱਟ ਹੀ ਆ ਗਿਆ ਆਪਣੇ ਕੋਲ ਠੀਕ ਹੈ ਜੀ ਤਾਂ ਆਪਾਂ ਅੱਜ ਰਿਲੇਸ਼ਨ ਐਂਡ ਫੰਕਸ਼ਨ ਦੇ ਆ ਟੋਪਿਕ ਡੋਮੇਨ ਐਂਡ ਰੇਂਜ ਆ ਜਿਹੜਾ ਸਮਝਿਆ ਹੈਗਾ ਜੇ ਕਿਸੇ ਨੂੰ ਵੀ ਇਸ ਦੇ ਵਿੱਚ ਪ੍ਰੋਬਲਮ ਹੋਵੇ ਤਾਂ ਸਾਨੂੰ ਪੁੱਛ ਸਕਦੇ ਹੋ